ਹੁਸ਼ਿਆਰਪੁਰ ਵਿਚ ਵਾਪਰਿਆ ਇਕ ਦਰਦਨਾਕ ਹਾਦਸਾ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ। ਦਰਅਸਲ ਬੀਤੇ ਦਿਨ ਇਕ ਗੱਡੀ ਹੁਸ਼ਿਆਰਪੁਰ ਦੇ ਭੰਗੀ ਚੌਂਕ ਤੋਂ ਹੇਠਾਂ ਡਿੱਗ ਗਈ ਜਿਸ ਕਰਕੇ ਇਕ ਵਿਅਕਤੀ ਦੀ ਮੌਤ ਤੇ ਦੋ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਹਰਜੀਤ ਸਿੰਘ ਪਿੰਡ ਹਰਦੋ ਤੋਂ ਹੋਈ ਹੈ। ਦੋ ਜ਼ਖਮੀ ਵਿਅਕਤੀਆਂ ਦਾ ਇਲਾਜ ਸਿਵਲ ਹਾਸਪਿਟਲ ਹੁਸ਼ਿਆਰਪੁਰ ਵਿਚ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਵਾਰਾ ਪਸ਼ੂਆਂ ਦੇ ਗੱਡੀ ਦੇ ਅੱਗੇ ਆਉਣ ਕਾਰਨ ਇਹ ਹਾਦਸਾ ਵਾਪਰਿਆ ਤੇ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਇਨ੍ਹਾਂ ਆਵਾਰਾ ਪਸ਼ੂਆਂ ਦਾ ਕੋਈ ਹੱਲ ਕਰੇ ਕਿਉਂਕਿ ਇਸ ਕਰਕੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ। ਆਵਾਰਾ ਪਸ਼ੂ ਇੰਨੇ ਸੜਕ 'ਚ ਘੁੰਮ ਰਹੇ ਸੀ, ਉਹਨਾਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਥੱਲੇ ਡਿੱਗ ਗਈ, ਪੁਲ ਤੋਂ ਥੱਲੇ ਡਿੱਗ ਗਈ ਬੰਨ ਤੋਂ। ਉਹ ਡਿੱਗਣ ਹਰਜੀਤ ਦੀ ਡੈਥ ਹੋ ਗਈ ਤਾਂ ਦੋ ਵਿਅਕਤੀ ਸਾਡੇ ਪਿੰਡ ਦੇ ਜਿਹੜੇ ਫੱਟਰ ਹੋ ਗਏ ਔਰ ਸਰਕਾਰ ਨੂੰ ਬਿਲਕੁਲ ਨਹੀਂ ਧਿਆਨ ਦੇ ਰਹੀ। ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਘੁੰਮ ਰਹੇ ਆ, ਰੋਡਾਂ 'ਤੇ ਆਵਾਰਾ ਪਸ਼ੂ ਘੁੰਮ ਰਹੇ ਆ, ਚਿੰਤਪੁਰਨੀ ਮੇਲੇ ਸ਼ੁਰੂ ਹੋਏ ਆ, ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਜਿੰਨੇ ਵੀ ਆਵਾਰਾ ਪਸ਼ੂ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਰਾਤ 12:30 ਕਰੀਬ 12:30 ਵਜੇ ਫੋਨ ਆਇਆ ਸੀਗਾ, ਜਿੱਥੇ ਮੌਕੇ 'ਤੇ ਪਹੁੰਚੇ ਸੀਗੇ, ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਸੀ ਮੌਕੇ 'ਤੇ ਅਤੇ ਬਾਕੀ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜ਼ਖਮੀਆਂ ਨੂੰ ਤਿੰਨ ਵਿਅਕਤੀ ਸੀਗੇ, ਇੱਕ ਦੀ ਮੌਤ ਹੋ ਗਈ ਸੀਗੀ ਮੌਕੇ 'ਤੇ, ਦੋ ਜ਼ਖਮੀ ਸੀ, ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਲਿਆ। ਬਾਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ ਕਾਰਵਾਈ ਕਰ ਰਹੇ ਹਾਂ।